ਪਾਣੀ ਲਾ 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 ਕੇ ਮਰ ਗਿਆ ਤੇ ਪੂਰੀ ਬੋੜੀ ਖਾਰੀ ਬੰਦੀ ਤੇ ਅਸੀਂ ਟੁੱਟਾ ਹੀ ਨਾ ਖੜਾ ਹੋਵੇ ਕੋਈ ਇਹਦੀ ਟੁੱਟਾ ਖੜਾ ਹੋਵੇ ਪਾਣੀ ਮੁਲਖ ਦੇ ਲਾ 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 ਕੇ ਮੋਇਆ ਪਿਆ ਤੇ ਪੂਰੀ ਮੋੜੀ ਕਾ ਨੀ ਪਾਉਂਦੀ ਤੇ ਹੁਣ ਜਾਂਦਾ ਪਿਆ ਘਰ ਨੂੰ ਇੱਕ ਪੰਜ ਛੇ ਦਿਨ ਉਲਿਆ ਰੋਜ਼ ਜਾਂਦਾ ਪਾਣੀ ਲਾ ਕਦੇ ਕਿਸੇ ਦੀ ਕਾਸ਼ਾ ਕਰ ਕਿਸੇ ਦੀ ਕੁਝ ਕਰ ਫੋਨ ਮਸੇ ਲਿਆ ਲਾਏ ਨਹੀਂ ਦਿੰਦਾ ਔਰ ਭਾਈ ਇਹ ਪਰਾਠਾ ਲਾ ਜੋ ਉੱਠਾ ਪਿਆ ਬੋ ਰੋਟੀ ਦੇ ਗ੍ਰਾਹ ਕਰਨਾ ਜਾ ਰੋਟੀ ਦੇ ਪੁਰਕੇ ਮੂੰਹ ਜਿਹੜੀ ਖਾਈ ਹੈ ਇੱਥੇ ਬੈਠਾ ਹੈ ਅੱਜ ਟਿਕਲਾ ਸੂਰ ਦੇ ਸੂਰਾ ਪਾਣੀ ਦੇ ਗ੍ਰਾਹ ਦੇ ਸਾ ਯਾ ਰੋਟ ਮੈਂ ਮੋਟੇ ਕੀ ਆਈ ਪਾਣੀ ਦੇ ਘਰ ਤੇ ਹੋ ਜਾ ਦੀ ਸਾਰੇ ਧੱਕ ਖਾ ਖਾ ਕੇ ਮਾਰਦੇ ਆ ਉਹ ਤੂੰ ਖਾਣਾ ਨਾ ਨਾ ਚੱਲ ਜਾ ਸਾਡੇ ਤੋਂ ਇਜ਼ਾ ਪਾਇਆ ਜਿਹੜਾ ਤਾਂ ਹਲਾ ਦੇ ਪਿਆਰ ਕਾ ਦੂਲਾ ਕੰਮ ਕਰ ਕਰਕੇ ਦੀਆ ਮੋਇਆ ਪਿਆ ਕੀ ਕਰਾਂ ਦੀਆ ਇੱਥੋਂ ਕੋਈ ਤਕਲੀਫ ਜੀ ਹੁੰਦੀ ਪਈ ਹੈ ਪਤਾ ਨਹੀਂ ਦੀਆ ਕੀ ਰੋਲਾ ਬਣਿਆ ਖੜਾ ਹੈ ਕੋਈ ਸਮਝ ਨਹੀਂ ਆ ਰਹੀ ਓਏ ਹੋਏ ਓ ਪੁੱਤਰਾ ਪੁੱਤਰ ਓਏ ਕੀ ਆਈ ਓਰਾ ਤਾਂ ਛੂਰਾ ਚੁੱਪ ਕਰ ਚ ਪਿਆਰ ਓਰਾ ਪੁੱਤਰਾ ਕਰੀ ਓਰਾ ਤਾਂ ਹੈ ਤਾਂ ਪੁੱਤ ਸਦਣਾ ਹੀ ਨਾ ਚਾਹੀਦਾ ਓਰਾ ਤਾਂ ਹਾਂ ਲਾ ਜਾਣੇ ਚੁੱਪ ਕਰ ਯਾ ਤੇ ਨਾ ਮੁੜ ਗੱਲ ਕਰਨਾ ਰੋਕ ਕੀ ਹੈ ਪਿਓ ਨੂੰ ਤੇ ਬਲਾਂ ਪੇ ਸੱਦੋ ਯਾ ਤੇ ਵੇਖੋ ਨਾ ਫੋਨਾ ਹੱਥ ਲੱਗਾ ਹੋਇਆ ਤੇ ਰਾਜ ਗਿਆ ਇਹਨੂੰ ਤੋੜ ਛੱਡਣਾ ਮੈਂ ਉਹਨੂੰ ਆ ਤੋੜ ਛੱਡਣਾ ਇੱਥੋਂ ਇੱਥੋਂ ਕੇ ਬਲਾਂ ਮੈਨੂੰ ਹੋਈ ਖੜੀ ਤੇ ਜਾ ਕੇ ਡਾਕਟਰ ਕੋਲ ਦਵਾਈ ਤੇ ਲਾਇਆ ਦੇ ਚਾ ਮੇਰਾ ਖੋਲੇ ਲੋ ਮੇਰੇ ਕੋਲ ਠਵਿੰਦਾ ਹੀ ਨਹੀਂ ਪਿਆ ਦੀਆ ਕੇ ਬਲਾਂ ਸਾਰੇ ਪੇਸ਼ ਪਈ ਉਹ ਪੈਸੇ ਦੇ ਜਾ ਪੈਸੇ ਤੇਰੇ ਕੋ ਕੋਈ ਨਹੀਂ ਹੈ ਕੋਈ ਨਹੀਂ ਮੇਰੇ ਕੋ ਦਿੱਤੇ ਹੋਈ ਨਹੀਂ ਅਈਲਾ ਆ 100 ਰੁਪਏ ਤੇ ਦੋ ਖੁਰਾਕ ਲਾ ਉਹਨੂੰ ਅਖਦੇਰ ਨੂੰ ਕੋਈ ਰੋਲਾ ਆ ਕੇ ਇੱਥੋਂ ਹੀ ਅਸਰ ਨਾ ਖਾ ਚੁੱਪ ਕਰ ਕੇ ਉਹ ਸ਼ੁਕਰ ਤਾਂ ਹੈ ਵਕਤ ਤਾਂ ਗਿਆ ਹੀ ਜੇ ਹੁਣ ਕਦੀ ਲੈ ਕੇ ਆ ਕੋਈ ਦਵਾਈ ਤਾਂ ਮੈਨੂੰ ਇਤਬਾਰ ਹੀ ਨਾ ਦੇ ਤੇ ਕੋਈ ਨਹੀਂ ਗਲਿਆ ਤਾਂ ਹੈ ਜੇ ਕਦੀ ਆ ਕੋਈ ਦਵਾਈ ਲੈ ਕੇ ਆਏ ਪੈਰ ਸਾਡੇ ਤੋਂ ਮਹੀਨਾ ਚੱਲੀ ਲਗਾਉਣਾ ਪਿਓ ਪੀਓ ਜਾ ਦਿਨ ਕਰਦਾ ਪਿਆ ਪਤਾ ਨਹੀਂ ਉਹ ਗੇਮ ਦਾ ਕੀ ਬਣਿਆ ਹੈਲੋ ਹਾਂ ਕਿਲਵਾ ਲੈਵਲ ਖੇਡ ਲਿਆ ਮਾਮਾ ਹੀ ਉਹਨੇ ਜੁੜਾ ਰੋ ਪੁੱਤਰਾ ਭਾਈ ਬੇਹੋਸ਼ ਹੋਇਆ ਤੈਨੂੰ ਠੀਕ ਦੱਸਿਆ ਜੀ ਡਾਕਟਰ ਤੇ ਜਾਣਾ ਹੁਣੇ ਮੈਂ ਹੁਣੇ ਡਾਕਟਰ ਤੇ ਜਾਣਾ